नोटिस भेजा गया 48 घंटे अगर बीबी जगीर कौर ये गतिविधियां जिहड़ियां ने बंद नहीं करदियां तो उस तो बाद सख्त एक्शन जिहड़ा श्रोमणी अकाली दल वालों लिता जा सकता है। कि जिवें पंजाबी दी कहावत है ना चक्की हुई नंबरां दी थानेदार दे बराबर बोले, हुण जद उन्हां दे टैलीफोन आउण लग पए गल स्पष्ट हो गई। ਪਹਿਲਾਂ ਕਿ ਆਸਰਾਈਆਂ ਸੀ ਅੰਦਾਜ਼ੇ ਸੀ ਪਰ ਹੁਣ ਬਿੱਲੀ ਥੱਲਿਓਂ ਬਾਹਰ ਹੈ। ਪਹਿਲੀ ਤਾਂ ਗੱਲ ਕੌਂਸਟੀਟਿਊਸ਼ਨਲ ਪੋਸਟ ਹੋਲਡ ਕਰਨ ਵਾਲੇ ਨੂੰ ਕਿਸੇ ਪੋਲੀਟੀਕਲ ਪਾਰਟੀ ਦੇ ਵਿੱਚ ਜ਼ਿੰਮੇਵਾਰੀ ਲੈਣੀ ਨਹੀਂ ਚਾਹੀਦੀ। ਕੀ ਲੱਗਦਾ ਕਿ ਕੀ ਮਨਸ਼ਾ ਹੈਗੀ ਹੈ ਬੀਬੀ? ਉਹ ਦੇਖੋ ਜੀ, ਉਹ ਗੁਰਦੁਆਰਿਆਂ 'ਤੇ ਕਬਜ਼ਾ ਕਰਨਾ ਚਾਹੁੰਦੇ ਆ। ਇਹ ਦੋ ਚਾਰ ਉਹਨਾਂ ਨੂੰ ਪਿੱਠੂ ਮਿਲ ਜਾਂਦੇ ਆ, ਉਹ ਪਿੱਠੂਆਂ 'ਤੇ ਸਵਾਰ ਹੋ ਕੇ ਸਮਝਦੇ ਕਿ ਅਸੀਂ ਦਿੱਲੀ ਫਤਿਹ ਕਰ ਲਾਂਗੇ। ਨਹੀਂ ਹੋਣੀ, ਜਿਹੜੀਆਂ ਜ਼ਿਆਦਤੀਆਂ ਹੋਣਗੀਆਂ ਜ਼ਿਆਦਤੀਆਂ ਦਾ ਜਵਾਬ ਕੁਦਰਤ ਦਿੰਦੀ ਆ ਅਤੇ ਸਮਾਂ ਦਿੰਦਾ, ਮਿਲੂਗਾ ਜਵਾਬ। ਸਿੱਖਾਂ ਦਾ ਗੁਰੂ ਬੜਾ ਤਕੜਾ, ਤੀਰ ਇਹੋ ਜਿਹੇ ਮਾਰਦਾ ਚੀਕ ਵੀ ਨਹੀਂ ਨਿਕਲਣ ਦਿੰਦਾ ਅਤੇ ਬੰਦੇ ਦਾ ਰਹਿਣ ਵੀ ਕੱਖ ਨਹੀਂ ਦਿੰਦਾ। ਬਿਲਕੁਲ, ਜੇਕਰ ਗੱਲਬਾਤ ਕੀਤੀ ਜਾਵੇ ਤਾਂ SDPC ਚੋਣਾਂ ਨੂੰ ਲੈ ਕੇ ਬੀਬੀ ਜਗੀਰ ਕੌਰ ਦਾ ਸਟੈਂਡ ਜਿਹੜਾ ਕਾਫੀ ਦਿਨਾਂ ਤੋਂ ਉਹਨਾਂ ਨੇ ਸਪਸ਼ਟ ਕੀਤਾ ਸੀਗਾ ਅਤੇ ਹੁਣ ਪਾਰਟੀ ਤੋਂ ਸਸਪੈਂਡ ਕੀਤਾ ਗਿਆ, ਬਾਰ ਦਾ ਰਸਤਾ ਦਿਖਾਇਆ ਜਾ ਰਿਹਾ ਅਤੇ 48 ਘੰਟੇ ਦਾ ਨੋਟਿਸ ਭੇਜਿਆ ਗਿਆ। 48 ਘੰਟੇ ਦੇ ਵਿੱਚ ਅਗਰ ਬੀਬੀ ਜਗੀਰ ਕੌਰ ਇਹ ਗਤੀਵਿਧੀਆਂ ਜਿਹੜੀਆਂ ਨੇ ਬੰਦ ਨਹੀਂ ਕਰਦੀਆਂ ਤਾਂ ਉਸ ਤੋਂ ਬਾਅਦ ਸਖ਼ਤ ਐਕਸ਼ਨ ਜਿਹੜਾ ਸ਼੍ਰੋਮਣੀ ਅਕਾਲੀ ਦਲ ਵੱਲੋਂ ਲਿੱਤਾ ਜਾ ਸਕਦਾ। ਹਾਲਾਂਕਿ ਮਹਿਸ਼ਿੰਦਰ ਗਰੇਵਾਲ ਸਾਡੇ ਨਾਲ ਗੱਲਬਾਤ ਕਰ ਲੈਂਦੇ ਹਾਂ। ਗਰੇਵਾਲ ਸਾਹਿਬ, ਗੱਲਬਾਤ ਕੀਤੀ ਜਾਵੇ ਹਰਿਆਣੇ, ਪਹਿਲੇ ਹਰਿਆਣੇ ਦੀ ਗੱਲਬਾਤ ਕੀਤੀ ਜਾਵੇ, ਦਿੱਲੀ ਦੀ ਗੱਲਬਾਤ ਕੀਤੀ ਜਾਵੇ, ਉਸ ਤੋਂ ਬਾਅਦ ਹੁਣ ਪੰਜਾਬ ਦੇ ਵਿੱਚ ਵੀ ਲਗਾਤਾਰ SDPC ਚੋਣਾਂ ਨੂੰ ਲੈ ਕੇ ਇੱਕ ਤਰਫ ਬੀਬੀ ਜਗੀਰ ਕੌਰ, ਕਿੰਨੇ ਦਿਨਾਂ ਤੋਂ ਲੱਗਦਾ ਕਿ ਆਖਰ ਕਿੰਨੇ ਦਿਨਾਂ ਤੋਂ ਮਨਸ਼ਾ ਸੀਗੀ, ਕਿੰਨੇ ਦਿਨਾਂ ਤੋਂ ਗੱਲਬਾਤ ਹੋ ਰਹੀ ਸੀਗੀ ਅਤੇ ਆਖਰ ਇਹਦੇ ਪਿੱਛੇ ਹੈ ਕੌਣ? ਪਹਿਲਾਂ ਕਿ ਆਸਰਾਈਆਂ ਸੀ ਅੰਦਾਜ਼ੇ ਸੀ ਪਰ ਹੁਣ ਬਿੱਲੀ ਥੱਲਿਓਂ ਬਾਹਰ ਹੈ। ਜਦ ਉਹਨਾਂ ਦੇ ਟੈਲੀਫੋਨ ਆਉਣ ਲੱਗ ਪਏ ਚੇਅਰਮੈਨ ਸਾਹਿਬ ਦੇ, ਮਨਿਓਰਟੀ ਕਮਿਸ਼ਨ ਦੇ ਮੈਂਬਰਾਂ ਨੂੰ, ਵਟ ਰਾਈਟ ਹੀ ਹੈਜ਼ ਗੋਟ, ਕੀ ਹੱਕ ਆ ਉਹਨਾਂ ਨੂੰ? ਤੁਸੀਂ ਕੌਂਸਟੀਟਿਊਸ਼ਨਲ ਪੋਸਟ 'ਤੇ ਹੋ, ਤੁਸੀਂ ਸਿੱਖਾਂ ਦੇ ਜਿਹੜੇ ਜ਼ਿਆਦਤੀਆਂ ਹੋ ਰਹੀਆਂ ਉਹਨਾਂ ਤੋਂ ਪ੍ਰੋਟੈਕਟ ਕਰਨ ਲਈ ਬਣਾਏ ਹੋਏ ਆ, ਤੁਸੀਂ ਮੁਸਲਿਮ ਕਮਿਊਨਿਟੀ ਨਾਲ ਜਿਹੜੀਆਂ ਜ਼ਿਆਦਤੀਆਂ ਹੋ ਰਹੀਆਂ ਉਹਨਾਂ ਨੂੰ ਪ੍ਰੋਟੈਕਟ, ਤੁਸੀਂ ਭਾਰਤੀ ਜਨਤਾ ਪਾਰਟੀ ਦੇ ਅਹੁਦੇਦਾਰ ਨਹੀਂ ਗਏ? ਪਹਿਲੀ ਤਾਂ ਗੱਲ ਕੌਂਸਟੀਟਿਊਸ਼ਨਲ ਪੋਸਟ ਹੋਲਡ ਕਰਨ ਵਾਲੇ ਨੂੰ ਕਿਸੇ ਪੋਲੀਟੀਕਲ ਪਾਰਟੀ ਦੇ ਵਿੱਚ ਜ਼ਿੰਮੇਵਾਰੀ ਲੈਣੀ ਨਹੀਂ ਚਾਹੀਦੀ। ਕਿਹਦੀ ਗੱਲ ਕਰ ਰਹੇ ਹੋ? ਚੇਅਰਮੈਨ ਮਿਨੋਰਟੀ ਕਮਿਸ਼ਨ ਇਕਬਾਲ ਸਿੰਘ ਲਾਲ। ਹਾਂ ਬਿਲਕੁਲ ਬਿਲਕੁਲ ਬਿਲਕੁਲ। ਕੀ ਲੱਗਦਾ ਕਿ ਕੀ ਮਨਸ਼ਾ ਹੈਗੀ ਹੈ? ਉਹ ਦੇਖੋ ਜੀ, ਉਹ ਗੁਰਦੁਆਰਿਆਂ 'ਤੇ ਕਬਜ਼ਾ ਕਰਨਾ ਚਾਹੁੰਦੇ ਆ, ਇਹ ਦੋ ਚਾਰ ਉਹਨਾਂ ਨੂੰ ਪਿੱਠੂ ਮਿਲ ਜਾਂਦੇ ਆ, ਉਹ ਪਿੱਠੂਆਂ 'ਤੇ ਸਵਾਰ ਹੋ ਕੇ ਸਮਝਦੇ ਕਿ ਅਸੀਂ ਦਿੱਲੀ ਫਤਿਹ ਕਰ ਲਾਂਗੇ। ਨਹੀਂ ਹੋਣੀ, ਨਹੀਂ ਹੋਣੀ। ਪਰ ਹਰਿਆਣੇ ਦੇ ਵਿੱਚ ਜਿਸ ਤਰ੍ਹਾਂ ਦੇ ਨਾਲ ਹੋਇਆ, ਦਿੱਲੀ ਫਤਿਹ ਨਹੀਂ ਹੋਈ, ਧੱਕੇ ਹੋਏ ਨੇ, ਧੱਕੇ ਹੁੰਦੇ ਰਹੇ ਨਾ, ਹੁੰਦੇ ਰਹੇ ਨਾ ਧੱਕੇ, ਉਦੋਂ ਜ਼ਿਆਦਾ ਇੱਕ ਵਾਰੀ ਧੱਕੇ ਹੁੰਦੇ ਆ ਪਰ ਉਹਨੂੰ ਫਿਰ ਬਾਅਦ 'ਚ ਡਸਟ ਸੈਟਲ ਹੋ ਜਾਂਦੀ ਹੈ, ਧੱਕੇ ਆਂਡੂ ਵੀ ਹੋ ਜਾਂਦੇ ਆ, ਕੀ ਨਹੀਂ ਹੋਇਆ ਜੀ? ਜਿਹੜੀਆਂ ਜ਼ਿਆਦਤੀਆਂ ਹੋਣਗੀਆਂ ਜ਼ਿਆਦਤੀਆਂ ਦਾ ਜਵਾਬ ਕੁਦਰਤ ਦਿੰਦੀ ਆ ਅਤੇ ਸਮਾਂ ਦਿੰਦਾ, ਮਿਲੂਗਾ ਜਵਾਬ। ਕਿੰਨੇ ਸਮੇਂ ਤੱਕ ਜਵਾਬ? ਇਹ ਮੈਂ ਨਹੀਂ ਦੱਸ ਸਕਦਾ, ਨੀਲੀ ਛੱਤ ਵਾਲਾ ਦੱਸੂ, ਪਰ ਇਹ ਗਰੰਟੀ ਆ, ਅੱਜ ਦਾ ਟਾਈਮ ਨੋਟ ਕਰ ਲਓ ਕਿ ਜਿਹੜਾ ਸਿੱਖਾਂ 'ਤੇ ਜ਼ੁਲਮ ਕਰੂਗਾ, ਸਿੱਖਾਂ ਦਾ ਗੁਰੂ ਬੜਾ ਤਕੜਾ, ਤੀਰ ਇਹੋ ਜਿਹੇ ਮਾਰਦਾ ਚੀਕ ਵੀ ਨਹੀਂ ਨਿਕਲਣ ਦਿੰਦਾ ਅਤੇ ਬੰਦੇ ਦਾ ਰਹਿਣ ਵੀ ਕੱਖ ਨਹੀਂ ਦਿੰਦਾ। ਪਰ ਲੱਗਦਾ ਨਹੀਂ ਕਿ ਬੀਬੀ ਜਗੀਰ ਕੌਰ ਇੱਕ ਵੱਡਾ ਚਿਹਰਾ ਸੀਗਾ SDPC ਦਾ, ਉਸ ਤੋਂ ਬਾਅਦ? ਵੱਡਾ ਚਿਹਰਾ ਕੋਈ ਨਹੀਂ ਹੁੰਦਾ, ਐਵੇਂ ਭੁਲੇਖੇ ਨੇ। ਕਿੱਡਾ ਵੱਡਾ ਚਿਹਰਾ ਸੀਗਾ ਲਾਲ ਕ੍ਰਿਸ਼ਨ ਅਡਵਾਨੀ, ਕਿੰਨਾ ਵੱਡਾ ਚਿਹਰਾ ਸੀ ਮੁਰਲੀ ਮਨੋਹਰ ਜੋਸ਼ੀ, ਕਿੱਥੇ ਲੱਭਦੇ ਨੇ ਪਾਰਟੀ ਦੇ ਕੱਢਦੇ ਨੇ, ਚਿਹਰੇ ਚੂਹਰੇ ਸਭ ਪਾਰਟੀ ਨਾਲ ਵੱਡੇ ਹੁੰਦੇ ਨੇ। ਪਰ ਲੱਗਦਾ ਨਹੀਂ ਕਿ ਪਾਰਟੀ ਦੇ ਪ੍ਰਧਾਨ ਨੇ ਜਾਂ ਫਿਰ ਸੀਨੀਅਰ ਲੀਡਰਸ਼ਿਪ ਗਈ ਸੀਗੀ, ਬਾਰ ਬਾਰ ਵੱਖ ਵੱਖ ਡਿਊਟੀਆਂ ਲਗਾਈਆਂ ਗਈਆਂ ਬੀਬੀ ਨੂੰ ਮਨਾਉਣ ਦੇ ਲਈ, ਪਰ ਬੀਬੀ ਕਿਤੇ ਨਾ ਕਿਤੇ ਪਾਰਟੀ ਪ੍ਰਧਾਨ ਤੋਂ ਵੀ ਨਹੀਂ ਮੰਨੀ, ਤਾਂ ਕੀ ਲੱਗਦਾ ਕਿ ਆਖਰ ਕਦੋਂ ਤੋਂ ਸਾਰੀਆਂ ਚੀਜ਼ਾਂ ਜਿਹੜੀਆਂ ਨੇ ਸ਼ੁਰੂ ਹੋ? ਦੇਖੋ, ਅੱਗੇ ਸਾਨੂੰ ਸ਼ੱਕ ਸੀ ਕਿ ਉਹ ਜਿਵੇਂ ਪੰਜਾਬੀ ਦੀ ਕਹਾਵਤ ਹੈ ਨਾ ਚੱਕੀ ਹੋਈ ਨੰਬਰਾਂ ਦੀ ਥਾਣੇਦਾਰ ਦੇ ਬਰਾਬਰ ਬੋਲੇ, ਹੁਣ ਜਦ ਉਹਨਾਂ ਦੇ ਟੈਲੀਫੋਨ ਆਉਣ ਲੱਗ ਪਏ ਗੱਲ ਸਪਸ਼ਟ ਹੋ ਗਈ। ਕੀ ਲੱਗਦਾ ਕਿ ਕੌਣ ਹੈਗਾ ਪਿੱਛੇ, ਕਦੋਂ ਤੋਂ ਸ਼ੁਰੂਆਤ? RSS BJP ਨੈਕਸਸ ਆ ਜਿਹੜੇ ਗੁਰਦੁਆਰਿਆਂ 'ਤੇ ਕਬਜ਼ਾ ਕਰਨਾ ਚਾਹੁੰਦੇ ਆ। ਅਤੇ ਕੀ ਹੁਣ 48 ਘੰਟੇ ਦਾ ਸਮਾਂ ਤੁਸੀਂ ਦਿੱਤਾ ਹੈ ਉਸ ਤੋਂ? ਉਹ ਫਿਰ ਜੇ ਜਵਾਬ ਦੇਊ ਉਹ ਮਲੂਕਾ ਸਾਹਿਬ ਦੀ ਕਮੇਟੀ ਫੈਸਲਾ ਕਰ ਦੂ। ਕੀ ਫੈਸਲਾ ਹੋ ਸਕਦਾ? ਉਹ ਮੈਨ ਕਹਿੰਦੇ ਦੇਖੋ ਹੁਣ ਕੋਰਟ 'ਚ ਜਿਹੜਾ ਕੇਸ ਆ ਤਾਂ ਕੋਰਟ ਹੀ ਕਰੂ ਨਾ ਫੈਸਲਾ। ਪਰ ਲੱਗਦਾ ਨਹੀਂ ਕਿ ਇਸ ਤਰ੍ਹਾਂ ਦੇ ਨਾਲ ਇੰਟਰਫੇਅਰ ਨਹੀਂ ਕਰਨਾ ਚਾਹੀਦਾ ਸੀ, ਜਾਂ ਫਿਰ ਸਾਰੀਆਂ ਚੀਜ਼ਾਂ ਹੋਣੀ ਨਹੀਂ ਚਾਹੀਦੀਆਂ ਸੀ, ਜਾਂ ਫਿਰ ਪਾਰਟੀ ਦੇ ਵਿੱਚ ਜਦੋਂ ਚੀਮਾ ਸਾਹਿਬ ਦੀ ਡਿਊਟੀ? ਦੇਖੋ, ਜਦੋਂ ਨੁਕਸਾਨ ਨਾ ਜੀ, ਮੇਰੀ ਗੱਲ ਸੁਣੋ, ਉਹ ਕਹਿੰਦੇ ਛੁਰੀ ਖਰਬੂਜੇ 'ਚ ਵੱਜੇ ਜਾਂ ਖਰਬੂਜਾ ਛੁਰੀ 'ਚ ਵੱਜੇ, ਨੁਕਸਾਨ ਖਰਬੂਜੇ ਦਾ ਹੋਣਾ। ਪਾਰਟੀਆਂ 'ਚ ਉਤਰਾਅ ਚੜ੍ਹਾਅ ਆਉਂਦੇ ਰਹਿੰਦੇ ਆ,
पर जिहड़े पार्टियां नाल टकरा लैंदे आ नुकसान उन्हां दा हुंदा, पार्टी दा कख नहीं विगड़दा। बीबी नूं कोई सुनेहा लाना चाहुंगे या इकबाल सिंह लालपुरा नूं? इकबाल सिंह लालपुरा ते की है, वह तो ज्यों चलाए तो चली है प्यारे, वह तो वो आका कहता कि जा इहनूं रोक लो ते नहीं इहनूं पासे कर दो, बस सिंपल गल है। बीबी नूं कोई सुनेहा लाना चाहुंगे? बीबी नूं की कहना जी? बीबी जी गरेवाल साहब साढ़े नाल सी के गलबात कीती, क्योंकि बीबी जगीर कौर नूं पार्टी तो बार दा रस्ता जिहड़ा दिखाया जा रहा है सस्पेंड किया जा रहा, हालांकि कई चीज़ा जिहड़ियां ने सामने आ रही ने। साफ तौर पर श्रोमणी अकाली दल कह रही है कि ये पिछे बीजेपी आर एस एस हैगी है, पर किन्ने क हैगी है कि कुछ सच्चाई हैगी है? कुछ मिनटों के साफ हो जाएगी, कुछ दिनों के साफ हो जाएगी, पर साफ तौर पर श्रोमणी अकाली दल इल्जाम लगा रही है। पर बीबी नूं जिस तरह के नाल पार्टी के बार दा रस्ता दिखाया गया तो साफ तौर पर अल्टीमेटम दिता गया 48 घंटे दे विच अगर कितने ना कितने जवाब दे, नहीं तो पार्टी सख्त तो सख्त कार्रवाई कर सकती है। तो तमाम मुद्दे नूं लैके गलबात की है, तो एस डी पी सी चोणां नूं लैके, बीबी जगीर कौर नूं लैके, तो बीजेपी आर एस एस नूं लैके, श्रोमणी अकाली दल नूं लैके, तुसी की सोचते? सानूं कमेंट बॉक्स में कमेंट करके जरूर दस्सो। वीडियो एनलिस्ट मोहन के साथ स्क्रोल पंजाब टीवी चंडीगढ़।